ਹੈਲੋ ਫਰੈਂਡਸ, ਕੀ ਤੁਸੀਂ ਵੀ ਕਾਫੀ ਟਾਈਮ ਤੋਂ ਲੜਕੀ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਲੜਕੀ ਨੂੰ ਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਕਿਤੇ ਨਾ ਕਿਤੇ ਤੁਸੀਂ ਕਨਫਿਊਜ਼ ਹੋ ਕਿ ਉਸ ਲੜਕੀ ਦੇ ਮਾਇੰਡ ਵਿੱਚ ਕੀ ਚੱਲ ਰਿਹਾ ਹੈ, ਕਿ ਉਹ ਤੁਹਾਨੂੰ ਪਸੰਦ ਕਰਦੀ ਵੀ ਹੈ ਜਾਂ ਨਹੀਂ? ਜੇਕਰ ਤੁਸੀਂ ਵੀ ਕਨਫਿਊਜ਼ ਹੋ ਆਪਣੀ ਐਕਸ ਨੂੰ ਲੈ ਕੇ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ, ਕਿਉਂਕਿ ਇਸ ਵੀਡੀਓ ਵਿੱਚ ਤੁਸੀਂ ਲੜਕੀ ਨੂੰ ਈਜ਼ਲੀ ਸਮਝ ਸਕਦੇ ਹੋ ਕਿ ਉਹ ਤੁਹਾਨੂੰ ਲਾਈਕ ਕਰਦੀ ਹੈ ਜਾਂ ਨਹੀਂ। ਸੋ ਇਸ ਵੀਡੀਓ 'ਚ ਮੈਂ ਤੁਹਾਨੂੰ ਕੁਝ ਪੁਆਇੰਟਸ ਦੱਸਣ ਜਾ ਰਿਹਾ ਹਾਂ, ਕੁਝ ਇਸ਼ਾਰੇ ਦੱਸਣ ਜਾ ਰਿਹਾ ਹਾਂ, ਜੋ ਕਿ ਲੜਕੀ ਤੁਹਾਨੂੰ ਦਿੰਦੀ ਹੈ, ਤਾਂ ਤੁਸੀਂ ਸਮਝ ਜਾਣਾ ਕਿ ਉਹ ਲੜਕੀ ਤੁਹਾਨੂੰ ਪਸੰਦ ਕਰਦੀ ਹੈ, ਲੜਕੀ ਤੁਹਾਡੇ ਵਿੱਚ ਇੰਟਰਸਟਿਡ ਹੈ। ਨੰਬਰ 1, ਆਈਸ ਕੰਟੈਕਟ। ਤੁਸੀਂ ਦੇਖਿਆ ਹੋਵੇਗਾ ਕਿ ਸਕੂਲ, ਕਾਲਜ ਵਿੱਚ ਜਾਂ ਕਿਤੇ ਵੀ ਲੜਕੀ ਤੁਹਾਡੇ ਨਾਲ ਗੱਲ ਕਰਨ ਟਾਈਮ ਆਈਸ ਕੰਟੈਕਟ ਬਣਾਉਂਦੀ ਹੈ, ਪਰ ਅਚਾਨਕ ਹੀ ਲੜਕੀ ਆਪਣੀਆਂ ਨਜ਼ਰਾਂ ਨੂੰ ਹਟਾ ਲੈਂਦੀ ਹੈ, ਮਤਲਬ ਆਈਸ ਕੰਟੈਕਟ ਨੂੰ ਤੋੜ ਲੈਂਦੀ ਹੈ, ਕਿਉਂਕਿ ਉਹ ਸ਼ਰਮਾ ਜਾਂਦੀ ਹੈ। ਸੋ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਾਂਗਾ ਜੋ ਕਿ ਤੁਸੀਂ ਫੋਲੋ ਕਰ ਸਕਦੇ ਹੋ। ਤੁਸੀਂ ਲੜਕੀ ਨਾਲ ਗੱਲ ਕਰਦੇ ਸਮੇਂ ਆਈਸ ਕੰਟੈਕਟ ਬਣਾ ਕੇ ਰੱਖੋ। ਜੇਕਰ ਉਹ ਤੁਹਾਨੂੰ ਲਾਈਕ ਕਰਦੀ ਹੈ, ਜੇਕਰ ਉਹ ਤੁਹਾਡੇ ਵਿੱਚ ਇੰਟਰਸਟਿਡ ਹੈ, ਤਾਂ ਉਸਦੇ ਫੇਸ 'ਤੇ ਅਚਾਨਕ ਸਮਾਈਲ ਆ ਜਾਵੇਗੀ। ਉਹ ਸਮਾਈਲ ਕਰੇਗੀ ਪਰ ਤੁਹਾਨੂੰ ਸ਼ੋਅ ਨਹੀਂ ਕਰੇਗੀ। ਹੋ ਸਕਦਾ ਹੈ ਉਹ ਤੁਹਾਨੂੰ ਦੇਖ ਕੇ ਸਮਾਈਲ ਕਰੇ ਪਰ ਆਪਣੀਆਂ ਫਰੈਂਡਸ ਨਾਲ ਗੱਲ ਕਰਨ ਲੱਗ ਜਾਵੇ। ਸੋ ਇਸ ਦਾ ਮਤਲਬ ਹੈ ਕਿ ਉਹ ਤੁਹਾਨੂੰ ਲਾਈਕ ਕਰਦੀ ਹੈ, ਉਹ ਤੁਹਾਡੇ ਵਿੱਚ ਇੰਟਰਸਟਿਡ ਹੈ। ਸੈਕਿੰਡ ਪੁਆਇੰਟ, ਨੋਟਿਸ। ਬਈ ਦੇਖੋ, ਲੜਕੀ ਚਾਹੇ ਆਪਣੇ ਗਰੁੱਪ ਵਿੱਚ ਹੋਵੇ, ਚਾਹੇ ਕਾਲਜ ਵਿੱਚ ਹੋਵੇ, ਜਾਂ ਆਪਣੇ ਫਰੈਂਡਸ ਨਾਲ ਹੋਵੇ, ਪਰ ਉਹ ਤੁਹਾਨੂੰ ਨੋਟਿਸ ਕਰੇਗੀ। ਚਾਹੇ ਉਹ ਆਪਣੇ ਫਰੈਂਡਸ ਨਾਲ ਗੱਲ ਕਰ ਰਹੀ ਹੋਵੇ ਜਾਂ ਕੁਛ ਵੀ ਕਰ ਰਹੀ ਹੋਵੇ, ਪਰ ਉਹ ਤੁਹਾਨੂੰ ਨੋਟਿਸ ਜ਼ਰੂਰ ਕਰੇਗੀ। ਉਹ ਤੁਹਾਨੂੰ ਬਾਰ ਬਾਰ ਦੇਖੇਗੀ ਕਿ ਤੁਸੀਂ ਕੀ ਕਰ ਰਹੇ ਹੋ, ਕਿਸ ਦੇ ਨਾਲ ਗੱਲ ਕਰ ਰਹੇ ਹੋ। ਸੋ ਇਹ ਵੀ ਇੱਕ ਹਿੰਟ ਹੈ ਕਿ ਲੜਕੀ ਤੁਹਾਡੇ ਵਿੱਚ ਇੰਟਰਸਟਿਡ ਹੈ। ਥਰਡ ਪੁਆਇੰਟ, ਜੈਲਸੀ। ਬਾਈ ਨੈਕਸਟ ਪੁਆਇੰਟ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਲੜਕੀ ਨਾਲ ਗੱਲ ਕਰਦੇ ਹੋ ਜਾਂ ਕਿਸੇ ਨਾਲ ਫਲਰਟ ਕਰਦੇ ਹੋ, ਤਾਂ ਉਹ ਲੜਕੀ ਜੈਲਸ ਫੀਲ ਕਰੇਗੀ। ਕਿਉਂਕਿ ਜੇਕਰ ਲੜਕੀ ਤੁਹਾਨੂੰ ਪਸੰਦ ਕਰਦੀ ਹੈ, ਲੜਕੀ ਤੁਹਾਡੇ ਵਿੱਚ ਇੰਟਰਸਟਿਡ ਹੈ, ਤਾਂ ਉਹ ਚਾਹੁੰਦੀ ਹੈ ਕਿ ਤੁਸੀਂ ਉਸ ਨਾਲ ਗੱਲ ਕਰੋ, ਉਸ ਨਾਲ ਹੀ ਫਲਰਟ ਕਰੋ, ਮਤਲਬ ਜੋ ਵੀ ਕਰਨਾ ਹੈ ਉਸੇ ਨਾਲ ਕਰੋ। ਪਰ ਜੇਕਰ ਤੁਸੀਂ ਕਿਸੇ ਹੋਰ ਲੜਕੀ ਨਾਲ ਫਲਰਟ ਕਰ ਰਹੇ ਹੋ, ਤਾਂ ਉਹ ਲੜਕੀ ਜੈਲਸ ਕਰੇਗੀ। ਫੋਰ ਇਗਜ਼ਾਮਪਲ, ਉਹ ਲੜਕੀ ਤੁਹਾਨੂੰ ਬੋਲੇਗੀ ਕਿ ਉਸ ਲੜਕੀ ਦਾ ਨਾ ਕਰੈਕਟਰ ਖਰਾਬ ਹੈ ਜਿਸ ਨਾਲ ਤੁਸੀਂ ਫਲਰਟ ਕਰ ਰਹੇ ਸੀ, ਜਾਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਬੋਲੇਗੀ ਜਿਸ ਨਾਲ ਤੁਸੀਂ ਕਿਸੇ ਦੂਸਰੀ ਲੜਕੀ ਨਾਲ ਫਲਰਟ ਨਾ ਕਰੋ। ਸੋ ਇਸ ਦਾ ਮਤਲਬ ਹੈ ਕਿ ਉਹ ਜੈਲਸ ਫੀਲ ਕਰੇਗੀ, ਯਾਨੀ ਕਿ ਉਹ ਤੁਹਾਨੂੰ ਲਾਈਕ ਕਰਦੀ ਹੈ। ਜੇ ਤੁਹਾਡੀ ਥੋੜ੍ਹੀ ਜਿਹੀ ਵੀ ਹੈਲਪ ਇਸ ਵੀਡੀਓ ਦੇ ਨਾਲ ਹੋਈ ਹੋਵੇ, ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ, ਕਿਉਂਕਿ ਰਿਲੇਸ਼ਨਸ਼ਿਪ ਔਰ ਲਾਈਫਸਟਾਈਲ ਬਾਰੇ ਡੀਪਲੀ ਜਾਣਕਾਰੀ ਤੁਹਾਨੂੰ ਇਸ ਚੈਨਲ ਉੱਪਰ ਮਿਲਦੀ ਰਹੇਗੀ। ਸੋ ਜੇਕਰ ਤੁਸੀਂ ਵੀ ਇਸ ਚੈਨਲ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਵੀਡੀਓ ਨੂੰ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਾਸ ਵਾਲੇ ਬੈਲ ਆਈਕਨ ਨੂੰ ਔਨ ਜ਼ਰੂਰ ਕਰ ਲਿਓ, ਤਾਂ ਜੋ ਸਾਡੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।